ਸਵਾਗਤ ਹੈ ਜੀ ਤੁਹਾਡਾ MSW ਸਟੱਡੀ ਫਾਰ ਜੌਬ ਦੇ ਵਿੱਚ ਜੀ ਇੱਕ ਹੁਣੇ-ਹੁਣੇ ਨਵੀਂ ਨਵੀਂ ਖਬਰ ਆਈ ਹੈ ਜੀ ਠੀਕ ਹੈ ਜੀ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਜਾਂ ਦੀ ਸੂਚਨਾ ਜਾਰੀ ਕੀਤੀ ਗਈ ਹੈ ਜੀ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਜੀ ਠੀਕ ਹੈ ਜੀ ਇਹਦੇ ਵਿੱਚ ਕੀ ਦੱਸਿਆ ਗਿਆ ਜੀ ਕਿ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਲੋਕ ਹਿੱਤ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਸਟੇਟ ਟੀਚਰ एलिजिਬਿਲਿਟੀ ਟੈਸਟ ਹਰ ਸਾਲ ਦਸੰਬਰ ਮਹੀਨੇ ਦੇ ਦੂਸਰੇ ਐਤਵਾਰ ਨੂੰ ਲਿਆ ਜਾਏਗਾ ਜੀ ਠੀਕ ਹੈ ਜੀ ਤੁਸੀਂ ਇਹਦੇ ਵਿੱਚ ਕੀ ਲਿਖਿਆ ਗਿਆ ਜੀ ਕਿ ਜਿਹੜਾ ਪੀਐਸ ਟੈਟ ਹੁੰਦਾ ਜੀ ਆਪਣਾ ਉਹ ਹਰ ਸਾਲ ਦੇ ਵਿੱਚ ਦਸੰਬਰ ਮਹੀਨੇ ਦੇ ਦੂਸਰੇ ਐਤਵਾਰ ਨੂੰ ਪੱਕਾ ਲਿਆ ਹੀ ਜਾਣਾ ਜੀ ਇਹ ਡੇਟ ਨਾਲ ਪਿੱਛੇ ਹੋ ਸਕਦੀ ਹੈ ਤੇ ਨਾ ਹੀ ਅੱਗੇ ਹੋ ਸਕਦੀ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਕ੍ਰਿਸ਼ਨ ਕੁਮਾਰ ਆਈਐਸ ਸਕੱਤਰ ਸਕੂਲ ਸਿੱਖਿਆ ਭਾਗ ਜੀ ਠੀਕ ਹੈ ਜੀ ਸਕੂਲ ਸਿੱਖਿਆ ਭਾਗ ਵੱਲੋਂ ਇਹ ਨੋਟਿਸ ਜਾਰੀ ਕੀਤਾ ਗਿਆ ਜੀ ਤੁਸੀਂ ਦੇਖ ਸਕਦੇ ਹੋ ਕਿ ਕਿਦੋਂ ਰਿਲੀਜ਼ ਕੀਤਾ ਗਿਆ ਜੀ ਇਹ 23 2018 ਨੂੰ ਜਾਰੀ ਕਰ ਦਿੱਤਾ ਗਿਆ ਜੀ ਠੀਕ ਹੈ ਇਹਦੇ ਵਿੱਚ ਕੀ ਐਡ ਕੀਤਾ ਜੀ ਅੱਗੇ ਇਹਨਾਂ ਨੇ ਜਿਹੜੀਆਂ ਅਧिसूਚਨਾ ਦੀਆਂ 25 ਕਾਪੀਆਂ ਹੋਰ ਅੱਗੇ ਜੀ ਭੇਜਣ ਵਾਸਤੇ ਕਈਆਂ ਨੇ ਪੰਜਾਬ ਮਹਾਲੀ ਨੂੰ ਭੇਜਣ ਵਾਸਤੇ ਕਈਆਂ ਜੀ ਬੋਰਡ ਮਹਾਲੀ ਤੇ ਵਿੱਚ ਭੇਜਣ ਵਾਸਤੇ ਕਈਆਂ ਜੀ ਠੀਕ ਹੈ ਜੀ ਉਹਨੂੰ ਸਧਾਰਨ ਅਗਸਤ ਵਿੱਚ ਛਾਪਣ ਲਈ ਵੀ ਕਿਰਪਾਲਤਾ ਕੀਤੀ ਕੀ ਹੈ ਜੀ ਬੇਨਤੀ ਕੀਤੀ ਹੈ ਜੀ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਅੱਗੇ ਲਿਖਿਆ ਗਿਆ ਜੀ ਇਹਨਾਂ ਨੇ ਕਿ ਉਕਤ ਅਧਿਸੂਚਨਾ ਇਨ ਵਿਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ਠੀਕ ਹੈ ਜੀ ਵੀ ਇਹਨਾਂ ਨੂੰ ਸਾਰੇ ਜਿਹੜੇ ادارے ਲਿਖੇ ਹੋਏ ਤੁਹਾਡੇ ਸਾਹਮਣੇ ਜੀ ਡਾਇਰੈਕਟਰ ਜਨਰਲ ਸਿੱਖਿਆ ਪੰਜਾਬ ਡਾਇਰੈਕਟਰ ਸਿੱਖਿਆ ਵਿਭਾਗ ਸਕੈਂਡਰੀ ਸਿੱਖਿਆ ਪੰਜਾਬ ਠੀਕ ਹੈ ਜੀ ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਸਿੱਖਿਆ ਪੰਜਾਬ ਜੀ ਡਾਇਰੈਕਟਰ ਐਸ ਸੀ ਆਰਟੀ ਪੰਜਾਬ ਜੀ ਠੀਕ ਹੈ ਜੀ ਡਾਇਰੈਕਟਰ ਸਿੱਖਿਆ ਭਾਰਤੀ 보ਡ ਪੰਜਾਬ ਜੀ ਸਖਤਰ ਸਕੂਲ ਸਿੱਖਿਆ ਸਿੱਖਿਆ 보ਡ ਐਸ اے ਐਸ ਨਗਰ ਜੀ ਠੀਕ ਹੈ ਜੀ ਇਹਨਾਂ ਨੂੰ ਸਾਰਿਆਂ ਨੂੰ ਜੀ ਹਦਾਇਤਾਂ ਦਿੱਤੀਆਂ ਗਈਆਂ ਕਿ ਇਸ ਅਧੀ ਸੂਚਨਾ ਦੀ ਪਾਦਣਾ ਕੀਤੀ ਜਾਵੇ ਠੀਕ ਹੈ ਜੀ ਜਕੀਨੀ ਬਣਾਈ ਜਾਵੇ ਜੀ ਇਹਨਾਂ ਦੇ ਸਹਿਯੋਗ ਨਾਲ ਜੀ ਤੇ ਤੁਸੀਂ ਇੱਕ ਹੋਰ ਵੀ ਦੇਖ ਸਕਦੇ ਹੋ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਜੀ ਨੂੰ ਜੀ ਮਾਨਜੂਰ ਸਿੱਖਿਆ ਮੰਤਰੀ ਜੀ ਨੂੰ ਜੀ ਸਕੂਲ ਸਕੂਲ ਸਕਤਰ ਜੀ ਆਪਣੇ ਸਕਤਰ ਸਕੂਲ ਸਿੱਖਿਆ ਜੀ ਨੂੰ ਇਹ ਨੋਟਿਸ ਪੇ ਦਿੱਤੇ ਗਏ ਨੇ ਜੀ ਠੀਕ ਹੈ ਜੀ ਤੇ ਇਹ ਇੱਕ ਹੁਣ ਪੱਕੀ ਪੱਕੀ ਅਧिसूਚਨਾ ਜਾਰੀ ਕਰ ਦਿੱਤੀ ਗਈ ਹੈ ਜੀ ਕਿ ਹਰ ਸਾਲ ਟੈਟ ਦਸੰਬਰ ਮਹੀਨੇ ਦੇ ਦੂਸਰੇ ਐਤਵਾਰ ਨੂੰ ਲਿਆ ਹੀ ਜਾਵੇਗਾ ਜੀ ਹਰ ਹਾਲਤ ਵਿੱਚ ਲਿਆ ਜਾਵੇਗਾ ਜੀ ਠੀਕ ਹੈ ਸਟੂਡੈਂਟ ਤੁਸੀਂ ਇਹ ਜਾਣਨਾ ਚਾਹੁੰਦੇ ਹੋਵੋਗੇ ਕਿ ਵੀ ਅਸੀਂ ਟੈਟ ਦੀ ਤਿਆਰੀ ਕਿਸ ਤਰ੍ਹਾਂ ਕਰੀਏ ਜੀ ਠੀਕ ਹੈ ਜੀ ਸਟੂਡੈਂਟ ਤੁਸੀਂ ਸਾਡੇ ਇਸ ਚੈਨਲ ਨਾਲ ਜੁੜੇ ਰਹੋ ਕਿ ਅਸੀਂ ਅੱਜ ਤੋਂ ਹੀ ਟੈਟ ਦੇ ਬਾਰੇ ਜੋ ਵੀ ਸਲੇਵਸ ਬਣਦਾ ਹੈ ਨਿਊ ਸਲੇਵਸ ਬਣੇਗਾ ਜੀ ਠੀਕ ਹੈ ਜੀ ਉਹਦੇ ਬਾਰੇ ਅਸੀਂ ਮਟੀਰੀਅਲ ਲੈ ਕੇ ਆਵਾਂਗੇ ਜੀ ਹੌਲੀ-ਹੌਲੀ ਅਸੀਂ ਪਹਿਲੇ ਥੋੜਾ ਥੋੜਾ ਮਟੀਰੀਅਲ ਅਪਲੋਡ ਕਰਾਂਗੀ ਉਸ ਤੋਂ ਬਾਅਦ ਜਦ ਵੀ ਟੈਟ ਨੇੜੇ ਆਏਗਾ ਜੀ ਠੀਕ ਹੈ ਜੀ ਅਸੀਂ ਪੰਜ ਚਾਰ ਮਹੀਨੇ ਪਹਿਲੇ ਜੀ ਉਸ ਤੋਂ ਜ਼ਿਆਦਾ ਰੈਗੂਲਰ ਮਟੀਰੀਅਲ ਲੈ ਕੇ ਆਵਾਂਗੇ ਟੈਟ ਦੇ ਬਿਹੇਫ ਤੇ ਜੀ ਸਭ ਕੁਝ ਦੱਸਿਆ ਹੋਇਆਗਾ ਜੀ ਟੈਟ ਦਾ ਸਲੀਵਸ ਜੀ ਠੀਕ ਹੈ ਜੀ ਕਿਸ ਤਰ੍ਹਾਂ ਜੀ ਅਸੀਂ ਇੱਕ ਤਕ ਵਿਸ਼ੇਵਾਜ ਜੀ ਅਸੀਂ ਜਿਹੜੀ ਮਲਵੇ ਸਬਜੈਕਟ ਵਾਈਜ਼ ਅਸੀਂ ਤਿਆਰੀ ਕਰਾਵਾਂਗੇ ਜੀ ਠੀਕ ਹੈ ਜੀ ਸਟੂਡੈਂਟ ਤੁਸੀਂ ਦੇਖ ਸਕਦੇ ਹੋ ਕਿ ਜੇ ਆਪਣਾ ਪਿਛਲਾ ਹੁਣ 2017 ਜਿਹੜਾ ਟੈਟ ਹੋਇਆ ਜੀ ਠੀਕ ਹੈ ਜੀ ਉਹਦਾ ਰਿਜ਼ਲਟ ਵੀ ਕੁਝ ਦਿਨਾਂ ਦੇ ਵਿੱਚ ਹੀ ਅਨਾਉਂਸ ਕਰ ਦਿੱਤਾ ਜਾਵੇਗਾ ਜੀ ਅਸੀਂ ਜਦ ਵੀ ਉਹ ਰਿਜ਼ਲਟ ਆਏਗਾ ਤਾਂ ਅਸੀਂ ਸਾਡੇ ਚੈਨਲ ਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੱਤਾ ਜਾਵੇਗਾ ਜੀ ਠੀਕ ਹੈ ਜੀ ਸਟੂਡੈਂਟ ਸਾਡੀ ਇਹ ਕੋਸ਼ਿਸ਼ ਤੁਹਾਨੂੰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਕਰੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਕਿ ਤਹਾਨੂੰ ਜਿਹੜੀਆਂ ਸਾਡੀਆਂ ਨਵੀਆਂ ਅਸੀਂ ਵੀਡੀਓ ਅਪਡੇਟ ਕਰੀਏ ਸਿੱਖਿਆ ਨਾਲ ਸੰਬੰਧਤ ਜੌਬ ਨਾਲ ਸੰਬੰਧ ਜੀ ਠੀਕ ਹੈ ਜੋ ਵੀ ਜੋ ਗਵਰਨਮੈਂਟ ਜੌਬ ਹੋ ਉਸਦੀ ਅਸੀਂ ਵੀਡੀਓ ਅਸੀਂ ਲੈ ਕੇ ਆਵਾਂਗੇ ਜੀ ਠੀਕ ਹੈ ਜੀ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਬਹੁਤ ਬਹੁਤ ਸ਼ੇਅਰ ਕਰੋ ਜੀ ਥੈਂਕ ਯੂ